ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਨਗਰ ਕੌਂਸਲ ਪਾਤੜਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮਚੰਦ ਗੁਪਤਾ ਨੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਹਾਈ ਕਮਾਂਡ ਦੇ ਵੱਲੋਂ ਸਾਬਕਾ ਕੈਬਨਿਟ ਮੰਤਰੀ ਰਾਜਾ ਵੜਿੰਗ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਹਦੇ ਪ੍ਰਧਾਨ ਬਣਾਏ ਜਾਣ ਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਰਾਜਾ ਵੜਿੰਗ ਨੂੰ ਦਿੱਤੀਆਂ ਜਾ ਰਹੀਆਂ ਵਧਾਈਆਂ ਤੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ। ਨਗਰ ਕੌਂਸਲ ਪਾਤੜਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮਚੰਦ ਗੁਪਤਾ ਨੇ ਕਿਹਾ ਕਿ ਰਾਜਾ ਵੜਿੰਗ ਕਾਂਗਰਸ ਪਾਰਟੀ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਦੇ ਨਾਲ ਨਾਲ ਪਾਰਟੀ ਵਰਕਰਾਂ 'ਚ ਨਵਾਂ ਜੋਸ਼ ਭਰਨਗੇ ਅਤੇ ਆਉਣ ਵਾਲੀਆਂ ਦੋ ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਪਾਰਟੀ ਇੱਕ ਨਵੀਂ ਸੋਚ ਲੈ ਕੇ ਚੋਣ ਮੈਦਾਨ ਵਿੱਚ ਆਵੇਗੀ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਮੈਂ ਪ੍ਰੇਮਚੰਦ ਗੁਪਤਾ, ਸਾਬਕਾ ਪ੍ਰਧਾਨ ਨਗਰ ਕੌਂਸਲ ਪਾਤੜਾ ਔਰ ਮੌਜੂਦਾ ਵਾਈਸ ਪ੍ਰਧਾਨ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਕਾਫੀ ਲੰਬੇ ਸਮੇਂ ਤੋਂ ਸਾਡੀ ਜਿਹੜੀ ਕਾਂਗਰਸ ਹੈ ਪਾਰਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀਗਾ, ਕਿਸੇ ਵੀ ਪੱਧਰ 'ਤੇ ਹੋਵੇ, ਕਿਸੇ ਵੀ ਲੀਡਰ ਵੱਲੋਂ ਹੋਵੇ, ਜਿਸ ਦੇ ਨਾਲ ਜਿਹੜਾ ਬੀ ਕਲਾਸ ਦਾ ਔਰ ਸੀ ਕਲਾਸ ਦਾ ਵਰਕਰ ਹੈ ਉਹ ਬੜਾ ਡਿਮੋਰਲਾਈਜ਼ ਸੀਗਾ। ਔਰ ਮੈਂ ਸਮਝਦਾ ਕਿ ਸਾਡੇ ਰਾਜਾ ਵੜਿੰਗ ਜੀ ਨੇ ਜਿਹੜੇ ਪ੍ਰਧਾਨ ਬਣੇ ਨੇ ਵਧਾਈ ਦੇ ਪਾਤਰ ਨੇ, ਔਰ ਉਹਨਾਂ ਦੇ ਆਉਣ ਨਾਲ ਜਿਹੜੀ ਖੁਸ਼ੀ ਦੀ ਲਹਿਰ ਵਰਕਰਾਂ 'ਚ ਦੇਖਣ ਨੂੰ ਮਿਲ ਰਹੀ ਹੈ ਉਹ ਬਹੁਤ ਵੱਡੀ ਗੱਲ ਹੈ। ਆਸ ਕਰਦੇ ਹਾਂ ਕਿ ਉਹ ਇੱਕ ਨਵਾਂ ਖੂਨ ਨੇ, ਨਵੀਂ ਸੋਚ ਨੇ, ਬੇਦਾਗ ਸ਼ਖਸੀਅਤ ਨੇ, ਉਹ ਬਿਲਕੁਲ ਵੱਧ ਚੜ੍ਹ ਕੇ ਉਹ ਕੰਮ ਕਰਨ, ਲੋਕ ਉਹਨਾਂ ਦੇ ਨਾਲ ਨੇ। ਇੱਕ ਆਪ ਮੁਹਾਰੇ ਹੀ ਜਿਹੜੀ ਵਰਕਰਾਂ 'ਚ ਇੱਕ ਡਿਮੋਰਲਾਈਜ਼ ਸਿਸਟਮ ਸੀ ਉਹ ਖਤਮ ਹੋ ਗਿਆ ਅਤੇ ਇੱਕ ਜੋਸ਼ ਭਰਿਆ ਗਿਆ। ਔਰ ਮੈਂ ਸਮਝਦਾ ਕਿ ਬਲਾਕ ਪੱਧਰ 'ਤੇ ਮੀਟਿੰਗਾਂ ਕਰਕੇ ਵੜਿੰਗ ਸਾਹਿਬ ਆਪਣੀ ਪਾਰਟੀ ਜੋਸ਼ ਭਰਨਗੇ ਔਰ ਮੁੜ ਕੇ ਫਿਰ ਕਾਂਗਰਸ ਨੂੰ ਉਸੇ ਮੋੜ 'ਤੇ ਲੈ ਕੇ ਆਉਣਗੇ ਜਿਹੜੇ ਮੋੜ ਤੋਂ ਅਸੀਂ ਫਿਸਲ ਕੇ ਬਹੁਤ ਨੀਚੇ ਚਲੇ ਗਏ ਹਾਂ। ਹਾਰ ਦਾ ਕਾਰਨ ਕੀ ਮੰਨਦੇ ਜਾਂ ਸਰ, ਕੀ ਜਿਹੜੇ ਕਾਰਨ ਲੋਕਾਂ ਦੇ ਹਾਰ ਦੇ ਕਾਰਨਾਂ ਬਾਰੇ? ਦੇਖੋ ਜੀ, ਅਸੀਂ ਛੋਟੇ ਵਰਕਰ ਹਾਂ, ਕੀ ਦੱਸੀਏ। ਵਰਕਰ ਦਾ ਇਗਨੋਰ ਹੋਣਾ ਵੱਡੀ ਹਾਰ ਦਾ ਕਾਰਨ ਹੈ, ਵਰਕਰ ਦਾ ਇਗਨੋਰ ਹੋਣਾ। ਫਿਰ ਜਿਹੜੀ ਅਗਲੀ ਗੱਲ ਹੈ, ਜਿਹੜੀ ਸਾਡੇ ਹਾਇਰ ਲੀਡਰ ਨੇ, ਅਸੀਂ ਉਹਨਾਂ ਉਹ ਸਾਡੀ ਸੇਧ ਹੁੰਦੇ ਨੇ, ਜਦੋਂ ਉਹ ਲੜਨਗੇ ਤਾਂ ਸਾਡੇ ਪੱਲੇ ਕੀ ਰਹਿ ਜਾਣਾ? ਉਹਨਾਂ ਦੀ ਲੜਾਈ ਨੇ ਵੀ ਸਾਨੂੰ ਬਹੁਤ ਥੱਲੇ ਲੈ ਗਏ ਨੇ, ਸਾਰਿਆਂ ਨੂੰ ਆਪਣੇ ਆਪਣੇ ਪਰਿਵਾਰ ਦੀ ਪੈ ਗਈ। ਆਪ ਕੋਈ ਮੁੱਖ ਮੰਤਰੀ ਬਣਨ ਦੀ ਦੌੜ 'ਚ ਲੱਗ ਗਿਆ, ਕੋਈ ਮੰਤਰੀ ਬਣਨ ਦੀ ਦੌੜ ਲੱਗ ਗਿਆ, ਵਰਕਰ ਦੀ ਨਾ ਲੋਕਾਂ ਦੀ ਕਿਸੇ ਨੂੰ ਖਿਆਲ ਹੀ ਨਹੀਂ ਰਿਹਾ। ਜਿਹੜਾ ਕੁਛ ਦਿੱਤਾ ਹੋਇਆ ਸੀ, ਅਸੀਂ ਲੋਕਾਂ ਨੂੰ ਬਹੁਤ ਕੁਛ ਕੀਤਾ, ਮਹਾਰਾਜਾ ਨੇ ਵੀ ਕੀਤਾ ਅਤੇ ਚੰਨੀ ਸਾਹਿਬ ਨੇ ਬੜਾ ਕੁਛ ਕੀਤਾ, ਪਰ ਉਹ ਤਾਂ ਵਿੱਚ ਹੀ ਭੱਠੀ 'ਚ ਪੈ ਗਿਆ, ਜਦੋਂ ਕਿਸੇ ਨੂੰ ਦੱਸੀ ਨਹੀਂ ਕਿਸੇ ਨੂੰ ਕੁਛ। ਹੁਣ ਪਿੰਡਾਂ ਦੇ ਵਿੱਚ ਅਸੀਂ ਕਰੋੜਾਂ ਰੁਪਈਆ, ਸਾਡਾ ਜੇ ਅਸੀਂ ਅੱਜ ਰਿਕਾਰਡ ਕੱਢੋ, ਕਰੋੜਾਂ ਰੁਪਈਆ ਦੋ ਦੋ ਲੱਖ ਦੇ ਥਰੂ ਕਰੋੜਾਂ ਰੁਪਈਆ ਹਰੇਕ ਪਿੰਡ 'ਚ ਗਿਆ, ਪਰ ਉਹ ਕਰੋੜ ਰੁਪਏ ਤਾਂ ਆਮ ਖਿਆਲ ਚਾਲੀ ਚਾਲੀ ਵੋਟਾਂ ਵੀ ਨਹੀਂ ਪਈਆਂ ਹੈਗੀਆਂ। ਚੰਨੀ ਸਾਹਿਬ ਦਲਿਤ ਵਰਗ ਦਾ ਚਿਹਰਾ ਦਿੱਤੇ ਕਾਂਗਰਸ ਨੇ, ਦਲਿਤ ਦੀ ਸਾਨੂੰ ਕੋਈ ਵੋਟ ਨਹੀਂ ਪਈ। ਬਿਲਕੁਲ, ਹਾਂ, ਰਾਜਾ ਵੜਿੰਗ ਜਿਹੜੇ ਆਏ ਨੇ ਇਹ ਯੰਗ ਨੇ, ਵਧੀਆ ਸੋਚ ਹੈ, ਜਿੱਥੇ ਇਹਨਾਂ ਨੇ ਆਪਦਾ ਕਹਿਣਾ ਵੀ ਕਰਕੇ ਦਿਖਾਇਆ, ਲਗਾਤਾਰ ਲੋਕਾਂ ਦੀ ਨਜ਼ਰ 'ਚ ਆਏ ਨੇ, ਬਾਦਲਾਂ ਨਾਲ ਟੱਕਰ ਲਈ ਹੈ ਇਹਨਾਂ ਨੇ, ਔਰ ਟਰਾਂਸਪੋਰਟ ਮੰਤਰੀ ਬਣ ਕੇ ਇਹਨਾਂ ਨੇ ਥੋੜ੍ਹੇ ਦਿਨਾਂ ਵਿੱਚ ਹੀ ਸੈਂਕੜੇ ਕਰੋੜ ਰੁਪਈਆ ਇਕੱਠਾ ਕੀਤਾ। ਇਹ ਬਹੁਤ ਵੱਡੀ ਸੋਚ ਦੀ ਗੱਲ ਸੀਗੀ, ਆਪ ਰਿਸਕ ਲੈ ਕੇ, ਬੇਦਾਗ ਚਿਹਰਾ ਨੇ ਇਹ, ਨੌਜਵਾਨ ਨੇ, ਇਹ ਅੱਗੇ ਵਧਣਗੇ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਪੂਰਾ ਸਾਥ ਦੇਵਾਂਗੇ। ਮੈਂ ਹਾਈ ਕਮਾਂਡ ਨੂੰ ਇਸ ਗੱਲ 'ਤੇ ਲੱਖ ਲੱਖ ਵਧਾਈ ਦਿੰਦਾ ਕਿ ਉਹਨਾਂ ਦੀ ਸੋਚ ਨੇ ਜਿਹੜਾ ਰਾਜਾ ਵੜਿੰਗ ਜੀ ਨੂੰ ਪ੍ਰਧਾਨ ਬਣਾਇਆ, ਔਰ ਨਾਲ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਓਪੋਜੀਸ਼ਨ ਲੀਡਰ ਬਣਾਇਆ, ਉਹਨਾਂ ਦੇ ਨਾਲ ਜਿਹੜੇ ਵੀ ਲੀਡਰ ਲਾਏ ਨੇ ਉਹ ਚੰਗੀ ਸੋਚ ਸਦਕਾ ਹੀ ਲੱਗੇ ਨੇ, ਵਰਨਾ ਅੱਜ ਕਾਂਗਰਸ ਉਸ ਕਿਨਾਰੇ 'ਤੇ ਖੜ੍ਹੀ ਸੀ, ਜੇ ਕੋਈ ਹੋਰ ਲੀਡਰ ਲੱਗਦਾ ਸ਼ਾਇਦ ਵਰਕਰਾਂ 'ਚੋਂ ਜੋਸ਼ ਨਾ ਭਰ ਸਕਦਾ ਅਤੇ ਆਪਣੀ ਕਾਂਗਰਸ ਜਿਹੜੀ ਪੰਜਾਬ 'ਚੋਂ ਹੈ ਖਤਮ ਹੋਣ ਦੇ ਕਿਨਾਰੇ ਸੀ। ਅੱਛੀ ਸੋਚ ਨਾਲ ਔਰ ਜਿਹੜੇ ਵਰਕਰਾਂ ਦੀ ਜੋਸ਼ ਹੈ ਉਹ ਹੁਣ ਨਿਕੈਸ਼ ਕਰ ਲਿਆ ਜਾਊਗਾ, ਜਿਹਦੇ ਨਾਲ ਸਾਡੀ ਪਾਰਟੀ ਆਉਣ ਵਾਲੇ MP ਦੀ ਇਲੈਕਸ਼ਨ ਦੇ ਵਿੱਚ ਵਧੀਆ ਇੱਕ ਚੰਗਾ ਮਤਲਬ ਉਹ ਦੇਊਗੀ ਪ੍ਰਦਰਸ਼ਨ।